ਪੱਤਿਆਂ ਜਾਣ ਵਾਲਾ ਫਲ ਕੇਲਾ ਅਤੇ ਪਪੀਤਾ ਸ਼ਾਮਿਲ ਹੈ ਜਿਸ ਨੂੰ ਬੇਹੱਦ ਕਾਤਕ ਮਾਮਲੇ ਦੇ ਨਾਲ ਪਕਾਇਆ ਜਾ ਰਿਹਾ ਹੈ। कार्बेट लगा के पीस है कार्बेट की पूरी पीस खासियत से कैसे होता है पता लग जाए नहीं कार्बेट कहाँ से लगे वो है बाहर दुकान से मिलता है कौन सी दुकान से कहीं दिन दुकान है लिफाफ का लेके तो कितने दिन में केला पक जाता है केला 5-6 दिन पाँच छः दिन उसके बाद बर्फ रंग बन जाता है खाना तो जी बाबू जी का क्या नाम है जिसका गोदाम है नाम तो नहीं पता नहीं अपने बाबू जी का तो आपको बाबू जी ਸਾਡੇ ਸਟੋਰ ਦਾ ਨਾਮ ਖਾਲਸਾ ਫਰੂਟ ਟ੍ਰੇਡਰ ਦੇ ਨਾਮ ਤੋਂ ਚੱਲ ਰਿਹਾ ਅਤੇ ਇਹਦੇ 'ਚ ਅਸੀਂ ਕੇਲਾ ਪਪੀਤਾ ਆਮ ਅਤੇ ਚੀਕੂ ਐਥਲੀਨ ਦਵਾ ਨਾਲ ਬਣਾਉਂਦੇ ਹਾਂ ਜਿਹੜੀ ਕਿ ਇੱਕ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਵਿਧੀ ਹੈ ਇਹਦੇ ਨਾਲ ਅਸੀਂ ਇਹ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਅਤੇ ਇਸ ਵਿਧੀ ਨੂੰ ਪੂਰੇ ਹੀ ਬਾਕੀ ਟੈਕਨੋਲੋਜੀ ਜਾਂ ਸਰਕਾਰ ਵੱਲੋਂ ਪ੍ਰਮੋਟ ਕੀਤਾ ਜਾਂਦਾ ਕਿਉਂਕਿ ਇਹ ਬਿਲਕੁਲ ਸਿਹਤ ਲਈ ਸਹੀ ਹੈ ਅਤੇ ਇਹ ਸਰਕਾਰ ਨੇ ਸਿਰਫ ਸਾਨੂੰ ਮਾਨਤਾ ਪੰਜਾਬ ਜਲੰਧਰ 'ਚ ਸਿਰਫ ਅਸੀਂ ਪਕਾ ਰਹੇ ਹਾਂ ਜੋ ਕਿ ਲੋਕਾਂ ਲਈ ਬੈਨੀਫਿਟ ਹੈ ਨਹੀਂ ਉਹ ਜਿਹੜੀ ਚੀਜ਼ ਉਸ ਮਸਾਲੇ ਕਾਰਬਾਈ ਨਾਲ ਪਕਾਈ ਜਾਂਦੀ ਉਹ ਸਿਹਤ ਲਈ ਬਿਲਕੁਲ ਹਾਨੀਕਾਰਕ ਹੈ ਉਹਦੇ ਨਾਲ ਕੈਂਸਰ ਫੈਲਦਾ ਜੀ ਗਲੇ ਦਾ ਕੈਂਸਰ ਫੈਲਦਾ ਹੈ ਕਿਉਂਕਿ ਬਾਕੀ ਸਿਹਤ ਲਈ ਬਹੁਤ ਹੀ ਖਰਾਬ ਹੈ ਕੋਈ ਆਉਣ ਵਾਲੇ ਫਿਊਚਰ ਕੋਈ ਵੀ ਚੀਜ਼ ਹੈ ਇਹਦੇ ਲਈ ਬਹੁਤ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਲਈ ਬਹੁਤ ਹਾਨੀਕਾਰਕ ਹੈ ਬਿਲਕੁਲ ਇਹ ਸਰਕਾਰ ਵੱਲੋਂ ਵੀ ਇਹਨਾਂ ਦੇ ਹਾਈ ਕੋਰਟ ਵੱਲੋਂ ਆਰਡਰ ਆਏ ਹੋਏ ਹੈ ਜਿਹੜੇ ਕਿ ਇਹਨਾਂ ਨੂੰ ਸਰਕਾਰ ਨੇ ਆਪਣੇ ਨੂੰ ਕਦਮ ਚੱਕੇ ਕਿ ਜਿਹੜੀ ਚੀਜ਼ ਇਸ ਚੀਜ਼ ਨਾਲ ਪਕਾਈ ਜਾ ਰਹੀ ਹੈ ਕਾਰਬਾਈਡ ਮਸਾਲਾ ਉਹ ਤਕਰੀਬਨ ਸਭ ਬੈਨ ਹੈ ਸਰਕਾਰ ਵੱਲੋਂ ਆਰਡਰ ਫਿਲਹਾਲ ਹਾਈ ਕੋਰਟ ਦੇ ਪੰਜਾਬ ਸਰਕਾਰ ਵੱਲੋਂ ਆਰਡਰ ਆਏ ਹੋਏ ਨੇ ਕੈਮੀਕਲ ਨਾਲ ਫੂਡ ਪੈਜਰ ਮੈਂ ਬਹੁਤ ਗਲਤ ਕਰ ਲਿਆ ਹੈ ਸਾਡੇ ਧਿਆਨ ਦੇ ਵਿੱਚ ਹੈ ਉਹ ਅਸੀਂ ਆਪਣੀ ਟੀਮ ਵਿੱਚ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਦੇ 'ਤੇ ਕਾਰਵਾਈ ਕਰਾਂਗੇ ਔਰ ਇਹਨੂੰ ਬੰਦ ਕਰਾਵਾਂਗੇ ਕਿ ਸਹੀ ਨੈਚੁਰਲ ਢੰਗ ਨਾਲ ਜਿਹੜਾ ਫੂਡ ਹੈ ਉਹ ਪਕਾਇਆ ਜਾਵੇ ਜਿਹਦੇ ਨਾਲ ਹਰ ਪ੍ਰਾਣੀ ਨੂੰ ਹਰ ਵਿਅਕਤੀ ਨੂੰ ਜਿਹੜਾ ਲਾਭ ਪ੍ਰਾਪਤ ਹੋ ਸਕੇ ਫਾਇਦਾ ਹੋ ਸਕੇ ਵੀ ਉਹ ਜ਼ਿਲ੍ਹਾ ਮੰਡੀ ਅਫਸਰ ਨੂੰ ਤਾਂ ਸੈਕਟਰੀ ਸਕੱਤਰ ਨੂੰ ਦੋਨਾਂ ਨੂੰ ਇਹਦੇ 'ਤੇ ਹਦਾਇਤਾਂ ਜਾਰੀ ਕਰਾਂਗੇ ਅਤੇ ਜਲਦੀ ਤੋਂ ਜਲਦੀ ਇਹਦੇ 'ਤੇ ਕਰਾਂਗੇ ਫਿਰ ਚੈਕਿੰਗ ਵੀ ਕਰ ਰਹੇ ਹੋ ਹਾਂ ਚੈਕਿੰਗ ਵੀ ਜਾਰੀ ਕਰਾਂਗੇ ਵੈਲਡਿੰਗ ਕਰਨ ਸਮੇਂ ਕੰਮ ਆਉਣ ਵਾਲੇ ਕਾਰਪੇਟ ਨਾਮਕ ਕਾਲੇ ਪੱਥਰ ਨੂੰ ਪੀਸ ਕੇ ਬਣਾਏ ਮਸਾਲੇ ਦੇ ਇਸਤੇਮਾਲ ਦੇ ਨਾਲ ਕੱਚੇ ਕੇਲਿਆਂ ਨੂੰ ਵੱਡੇ ਤਾਦਾਦ ਵਿੱਚ ਪਕਾਇਆ ਜਾਂਦਾ ਹੈ ਅਤੇ ਲੋਕਾਂ ਦੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਤੜੱਲੇ ਦੇ ਨਾਲ ਵੇਚਿਆ ਜਾਂਦਾ ਹੈ ਗੌਰਤਲਬ ਹੈ ਕਿ ਇਸ ਗੈਰ ਕਾਨੂੰਨੀ ਤਰੀਕੇ ਦੇ ਨਾਲ ਤਿਆਰ ਹੁੰਦੇ ਕੇਲਿਆਂ ਬਾਰੇ ਕੀ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਜਾਂ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਅੱਖਾਂ ਮਿੱਟੀ ਬੈਠਾ ਹੈ ਪਹਿਲੀ ਜਿਹੜੀ ਹੁੰਦੀ ਹੈ ਉਹ ਇਹ ਕਿਹੜੀ ਗੈਸ ਆਉਂਦੀ ਹੈ ਇਹ ਕਾਰਬਨ ਹੁੰਦਾ ਜੀ ਕਾਰਬਨ ਹੁੰਦੀ ਹੈ ਜਿਹੜਾ ਕੈਮੀਕਲ ਲਾ ਕੇ ਬਣਾਈ ਜਾਂਦੀ ਹੈ ਇਹਨਾਂ ਸਿਰਫ ਤੁਸੀਂ ਗੈਸ ਵੈਲਡਿੰਗ ਕਰ ਸਕਦੇ ਅਤੇ ਇਹ ਕਾਰਬਾਈਡ ਜਿਹੜੀ ਆ ਇਹਦੇ ਨਾਲ ਜਿੱਦਾਂ ਅੱਜ ਕੱਲ੍ਹ ਲੋਕ ਫਰੂਟ ਵੀ ਪਕਾਉਂਦੇ ਆ ਹੋਰ ਫਲਾਂ ਸਬਜ਼ੀਆਂ ਵੀ ਲੱਗਦਾ ਮਤਲਬ ਇਹ ਜੇ ਕਾਰਬਾਈਡ ਕਿਸੇ ਦੇ ਅੰਦਰ ਕਰ ਦੇਵੇ ਤਾਂ ਉਹਨਾਂ ਕੋਈ ਖਤਰਨਾਕ ਹੀ ਕਰਦੀ ਹੈ ਇਹ ਜਿਹੜਾ ਕੈਮੀਕਲ ਹੁੰਦਾ ਹੈ ਜੀ ਇਹ 'ਚ ਪਿਆ ਹੁੰਦਾ ਇਹ ਪਾਣੀ ਦਾ ਗੈਸ ਬਣਦੀ ਹੈ ਜਿੱਦਾਂ ਕਿਸੇ ਦੇ ਅੰਦਰ ਇਹ ਚੱਲ ਜਾਵੇ ਅੰਦਰ ਉਹਨਾਂ ਬੰਦੇ ਨੂੰ ਸਾਹ ਨਹੀਂ ਆਏਗਾ ਉਸ ਬੰਦੇ ਦੀ ਡੈਥ ਹੋ ਸਕਦੀ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਖੁਰਾਕ ਵਿਭਾਗ ਮਿਠਾਈਆਂ ਦੀਆਂ ਦੁਕਾਨਾਂ ਤੇ ਛਾਪਿਆਂ ਦੀ ਝੜੀ ਲਾ ਦਿੰਦੀਆਂ ਨੇ ਪਰੰਤੂ ਸੜਕਾਂ ਤੇ ਖੁੱਲੇ ਆਮ ਰੋਜ਼ ਵਿਕਦੇ ਜ਼ਹਿਰ ਨੂੰ ਰੋਕਣ ਲਈ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ ਕੀ ਇਹ ਆਮ ਜਨਤਾ ਦੇ ਨਾਲ ਧੋਖਾ ਨਹੀਂ ਹੈ ਜਾਂ ਫਿਰ ਲੋਕਾਂ ਦੀ ਜ਼ਿੰਦਗੀ ਨੂੰ ਰੱਬ ਭਰੋਸੇ ਛੱਡ ਦਿੱਤਾ ਗਿਆ ਇੱਕ ਬਹੁਤ ਵੱਡਾ ਦੇਸ਼ ਹੈ ਬਹੁਤ ਜ਼ਿਆਦਾ ਇਹਦੀ ਪਾਪੂਲੇਸ਼ਨ ਹੈ ਔਰ ਇਸ ਦੀ ਲਾਗਤ ਵੀ ਫਲਾਂ ਦੀ ਬਹੁਤ ਜ਼ਿਆਦਾ ਹੈ ਲੇਕਿਨ ਹਰ ਜਗ੍ਹਾ ਫਲ ਜਿਹੜਾ ਹੈ ਉਹਨਾਂ ਮਾਤਰਾ 'ਚ ਨਹੀਂ ਪੈਦਾ ਹੁੰਦਾ ਜਿੱਥੇ ਜ਼ਿਆਦਾ ਪੈਦਾ ਹੁੰਦਾ ਹੈ ਉੱਥੋਂ ਅਗਰ ਪਕਾ ਕੇ ਭੇਜਿਆ ਜਾਏ ਤਾਂ ਜਿੱਥੇ ਇਸ ਦੀ ਲਾਗਤ ਹੈ ਉੱਥੇ ਘੱਟ ਪਹੁੰਚਦਾ ਖਰਾਬ ਹੋ ਜਾਂਦਾ ਇਸ ਕਰਕੇ ਕੱਚਾ ਤੋੜ ਕੇ ਇਸ ਨੂੰ ਜਿਹੜਾ ਦੂਸਰੀ ਜਗ੍ਹਾ 'ਤੇ ਭੇਜਿਆ ਜਾਂਦਾ ਲੇਕਿਨ ਉਸਨੂੰ ਪਕਾਉਣ ਦੇ ਵਾਸਤੇ ਜਿਹੜਾ ਕੈਲਸ਼ੀਅਮ ਕਾਰਬਾਈਡ ਨਾਮ ਦਾ ਇੱਕ ਕੈਮੀਕਲ ਹੈਗਾ ਉਹ ਬਹੁਤ ਖਤਰਨਾਕ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਨੇ ਇਸ ਦਾ ਬਿਲਕੁਲ ਪੂਰਾ ਬੈਨ ਕਰ ਦਿੱਤਾ ਕਿਉਂਕਿ ਇਸ ਦੇ ਨਾਲ ਮੂੰਹ ਦੇ ਵਿੱਚ ਛਾਲੇ ਜਾਂ ਅਲਸਰ ਪੇਟ ਦੇ ਵਿੱਚ ਅਲਸਰ ਹੋਰ ਵੀ ਕੈਂਸਰ ਵਰਗੀਆਂ ਬਿਮਾਰੀਆਂ ਵੀ ਜਿਹੜੀਆਂ ਹੋ ਸਕਦੀਆਂ ਸੋ ਇਹ ਹਾਈ ਕੋਰਟ ਨੇ ਇਸ ਦਾ ਟੋਟਲੀ ਇਸ ਨੂੰ ਬੈਨ ਕੀਤਾ ਹੋਇਆ ਔਰ ਸਰਕਾਰ ਵੱਲੋਂ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਤਿਮਾਨ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਵੱਲੋਂ ਰਾਈਟਨਿੰਗ ਚੈਂਬਰਸ ਬਣਾਏ ਹੋਏ ਹਰ ਜ਼ਿਲ੍ਹੇ ਦੇ ਵਿੱਚ
ਔਰ ਉਹਦੇ ਵਿੱਚ ਜਿਹੜਾ ਹੈ ਉਹ ਬਿਲਕੁਲ 17 ਡਿਗਰੀ ਸੈਂਟੀਗ੍ਰੇਡ ਪਕਾਇਆ ਜਾਂਦਾ ਫਰੂਟ ਨੂੰ, ਕੱਚੇ ਫਰੂਟ ਨੂੰ, ਚਾਹੇ ਉਹ ਕੇਲਾ ਹੈ ਜਾਂ ਅੰਬ ਨੇ ਜਾਂ ਚੀਕੂ ਹੈ ਜਾਂ ਪਪੀਤਾ ਹੈਗਾ। ਸੋ ਮੈਂ ਅਪੀਲ ਕਰਦਾ ਹੈਗਾ ਕਿ ਇਹਨਾਂ ਰਾਈਪਨਿੰਗ ਚੈਂਬਰਾਂ ਦੇ ਵਿੱਚ ਜਿਹੜੇ ਵੀ ਸਾਡੇ ਵਪਾਰੀ ਵੀ ਫਰੂਟ ਦੇ ਵਿੱਚ ਡੀਲ ਕਰਦੇ ਨੇ ਜਾਂ ਵੈਂਡਰਸ ਜਿਹੜੇ ਫਰੂਟ ਵਾਲੇ ਹੈਗੇ ਨੇ, ਉਹ ਉੱਥੇ ਆਪਣਾ ਫਰੂਟ ਪਕਾਉਣ, ਨਾ ਕਿ ਕੈਲਸ਼ੀਅਮ ਕਾਰਬਾਈਡ ਨਾਲ। ਅਗਰ ਉਹ ਉੱਥੇ ਨਹੀਂ ਪਕਾਉਂਦੇ ਤਾਂ ਬਹੁਤ ਸਾਰੀ ਜਿਹੜੇ ਸਿਹਤ ਦਾ ਜਿਹੜਾ ਨੁਕਸਾਨ ਲੋਕਾਂ ਦਾ ਹੋਵੇਗਾ, ਔਰ ਇਹ ਡਿਪਾਰਟਮੈਂਟ ਸਖਤੀ ਨਾਲ ਇਸ ਦੇ ਵਿੱਚ ਉਸਨੂੰ ਲਾਗੂ ਕਰੇਗਾ। ਔਰ ਜਿਹੜੇ ਲੋਕ ਰਾਈਪਨਿੰਗ ਚੈਂਬਰ ਦੇ ਵਿੱਚ ਫਰੂਟ ਨਹੀਂ ਪਕਾਉਣਗੇ ਉਹਨਾਂ ਦੇ ਸੈਂਪਲ ਬਣੇਗਾ। ਅਰਥਾਤ ਬਹੁਤ ਵੱਡੀ ਗਿਣਤੀ ਵਿੱਚ ਦੇਖਿਆ ਗਿਆ ਕਿ ਕਾਰਬਾਈਡ ਮਸਾਲੇ ਦੇ ਨਾਲ ਸਬਜ਼ੀ ਮੰਡੀ ਦੇ ਵਿੱਚ ਕੇਲੇ ਨੂੰ ਪਪੀਤੇ ਨੂੰ ਪਕਾਇਆ ਜਾ ਰਿਹਾ, ਅਤੇ ਇਹ ਹੁਣ ਨੌਲੇਜ ਤੁਹਾਡੇ ਕੇਸ ਅੱਗੇ ਆ ਰਹੇ ਹਾਂ, ਮਤਲਬ ਤੁਸੀਂ ਕੋਈ ਆਪਣੀ ਸਿਹਤ ਵਿਭਾਗ ਨਾਲ ਕੋਈ ਟੀਮ ਗਠਿਤ ਕਰਕੇ ਉੱਥੇ ਕੋਈ ਜਾਂਚ ਕਰੋ? ਬਿਲਕੁਲ, ਅਸੀਂ ਸਮੇਂ ਸਮੇਂ 'ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸੈਂਪਲ ਭਰਦੇ ਨੇ ਸਾਡੇ PHO ਸਾਹਿਬ ਉਹਨਾਂ ਦੀ ਸਾਰੀ ਟੀਮ ਆ, ਲੇਕਿਨ ਅਜੇ ਬਹੁਤ ਜ਼ਿਆਦਾ ਲੋਕਾਂ 'ਚ ਨਿਸ਼ਾ ਅਤੇ ਵੀ ਅਵੇਅਰਨੈਸ ਨਹੀਂ ਹੈਗੀ ਜਿਹੜੇ ਰਾਈਪਨਿੰਗ ਚੈਂਬਰ ਦੀ। ਮੈਂ ਅਪੀਲ ਕਰਦਾ ਕਿ ਰਾਈਪਨਿੰਗ ਚੈਂਬਰ ਦੇ ਵਿੱਚ ਆਪਣੇ ਜਿਹੜੇ ਫਲ ਪਕਾਉਣ ਵਾਲੇ ਦੇ ਨਾਲ ਨਾਲ ਮੈਂ ਆਪਣੇ PHO ਸਾਹਿਬ ਨੂੰ ਵੀ ਹਦਾਇਤ ਕਰਦਾ ਹਾਂ ਕਿ ਜਿਹੜੇ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਉਹ ਆਪਣੇ ਸੈਂਪਲ ਭਰੇ ਜਾਣ ਔਰ ਉਹਨਾਂ ਦੇ ਲਈ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਜਾਂ ਫਿਰ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਅੱਖਾਂ ਮਿੱਟੀ ਬੈਠਾ। ਤਿਉਹਾਰਾਂ ਦੇ ਸੀਜ਼ਨ ਵਿੱਚ ਤਾਂ ਖੁਰਾਕ ਵਿਭਾਗ ਮਿਠਾਈਆਂ ਦੇ ਦੁਕਾਨਾਂ ਤੇ ਛਾਪਿਆਂ ਦੀ ਝੜੀ ਲਗਾ ਦਿੰਦਾ, ਪਰ ਸੜਕਾਂ ਤੇ ਖੁੱਲ੍ਹੇਆਮ ਰੋਜ਼ ਵਿਕਦੇ ਜ਼ਹਿਰ ਨੂੰ ਰੋਕਣ ਦੇ ਲਈ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ। ਕਿ ਆਮ ਜਨਤਾ ਦੇ ਲਈ ਧੋਖਾ ਨਹੀਂ ਹੈ ਜਾਂ ਫਿਰ ਲੋਕਾਂ ਦੀ ਜ਼ਿੰਦਗੀ ਨੂੰ ਰੱਬ ਭਰੋਸੇ ਛੱਡ ਦਿੱਤਾ ਗਿਆ, ਇਸੇ ਆਸ ਦੇ ਨਾਲ ਕਿ ਭਵਿੱਖ ਦੇ ਵਿੱਚ ਇਸ ਮਾੜੇ ਨੂੰ ਜਾਣ ਨੂੰ ਨੱਥ ਪਾਈ ਜਾਵੇਗੀ। ਮੈਂ ਨਵਨੀਤ ਕੌਰ ਲੈਂਦੀ ਹਾਂ ਤੁਹਾਡੇ ਤੋਂ ਇਜਾਜ਼ਤ, ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ।